ਘਰਾਂ, ਰੂੜੀਆਂ, ਗਲੀਆਂ, ਸ਼ਮਸ਼ਾਨ ਘਾਟਾਂ ਅਤੇ ਟਿੱਬੇ ਟੋਆਂ ਦੀ ਖਾਕ ਛਾਣ ਦੀ ਇਸ ਪੁਲਿਸ ਦੀਆਂ ਤਸਵੀਰਾਂ ਤਰਨ ਤਾਰਨ ਦੇ ਹਲਕਾ ਪੱਟੀ 'ਚ ਪੈਂਦੇ ਪਿੰਡ ਸ਼ਕਰੀ ਦੀਆਂ ਨੇ, ਜਿੱਥੇ ਨਸ਼ਾ ਮੁਕਤੀ ਦੀ ਮੁਹਿੰਮ ਚਲਾਉਂਦਿਆਂ ਤਰਨ ਤਾਰਨ ਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਆਬਕਾਰੀ ਮਹਿਕਮੇ ਨਾਲ ਮਿਲ ਕੇ ਜਦੋਂ ਰੇਡ ਕੀਤੀ ਤਾਂ ਥਾਂ ਥਾਂ ਤੋਂ ਨਿਕਲਦੀ ਸ਼ਰਾਬ ਦੇਖ ਕੇ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਦੰਗ ਰਹਿ ਗਏ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਵਾਲੇ ਧਰਤੀ 'ਤੇ ਕੁਝ ਕਈਆਂ ਮਾਰਦੇ ਨੇ ਅਤੇ ਥੱਲਿਓਂ ਸ਼ਰਾਬ ਅਤੇ ਲਾਹਣ ਦੇ ਡਰਾਮਾਂ ਦੇ ਡਰੰਮ ਨਿਕਲ ਆਉਂਦੇ ਨੇ। ਆਓ ਪਹਿਲਾਂ ਚੰਗੀ ਤਰ੍ਹਾਂ ਦੇਖ ਲੈਂਦੇ ਹਾਂ ਇਹ ਨਜ਼ਾਰਾ ਅਤੇ ਫਿਰ ਦਿਖਾਵਾਂਗੇ ਉਹ ਬੇਸ਼ਰਮ ਬੰਦਾ ਜਿਹੜਾ ਫੜੇ ਜਾਣ ਤੋਂ ਬਾਅਦ ਵੀ ਪੂਰੀ ਬੇਸ਼ਰਮੀ ਨਾਲ ਵੱਖ ਵੱਖ ਤਰ੍ਹਾਂ ਦੀ ਸ਼ਰਾਬ ਬਣਾਉਣ ਦੀਆਂ ਵਿਧੀਆਂ ਦੱਸ ਰਿਹਾ। ਇਹ ਜੀ ਪੋਤਰਾ ਆਇਆ ਅਤੇ ਉਹਦਾ ਕਰਕੇ ਨਾ ਲਿਆਂਦੀ ਜ਼ਰੂਰ ਆ ਅਤੇ ਅਸੀਂ ਬਾਅਦ 'ਚ ਫੜ ਕੇ ਵੇਖ ਲਓ ਜੇ ਇੱਥੋਂ ਲੱਭੂਗਾ ਕਿਤੇ ਜੋ ਮਰਜ਼ੀ ਅੱਗੇ ਸਾਨੂੰ ਇਹਦਾ ਵਰਜਾ ਨਾ ਲੱਗ ਜਾਵੇ। ਇਹ ਜੇ ਬਿਲਕੁਲ ਬੇਕਾਨੂੰਨੀ ਜੇ ਤਾਂ ਇਜਾਜ਼ਤ ਲਈ ਨਹੀਂ ਤਾਂ ਫਿਰ ਤਾਂ ਗੱਲ ਹੀ ਕੋਈ ਨਹੀਂ, ਇਜਾਜ਼ਤ ਨਹੀਂ ਲਈ ਹਾਂ ਹਾਂਜੀ ਰੇਟ ਸਹੀ ਹੋਣ ਜਾਈਏ ਨਸ਼ਾ ਮੁਕਤ ਹੋਣਾ ਚਾਹੀਦਾ ਵਾ ਪਿੰਡ। ਹਾਂਜੀ ਹੋਣਾ ਚਾਹੀਦਾ, ਅਸੀਂ ਤਾਂ ਲੌਂਗ ਲਾਚੀ ਪਾ ਕੇ ਕੱਢਣੀ ਕਿਉਂ ਹੋਰ ਜੀ ਛੁਆਰੇ ਪੈ ਜਾਣ, ਗਿਰੀਆਂ ਪੈ ਜਾਣ, ਸੰਤਰੇ ਪੈ ਜਾਣ, ਇਹ ਚੀਜ਼ਾਂ ਦੇਸੀ ਸ਼ਰਾਬ ਤਿਆਰ ਹੋਈ। ਹਾਂਜੀ ਹਾਂਜੀ ਉਹ ਜੀ ਜਿਹੋ ਜਿਹੀ ਮਰਜ਼ੀ ਬਣ ਜਾਂਦੀ, ਜੇ ਕੋਈ ਆਖੇ ਸੰਤਰ ਮਾਲਟੇ ਵਾਲੀ ਮਾਲਟੇ ਵਾਲੀ ਬਣ ਜਾਂਦੀ, ਜੇ ਕੋਈ ਦੂਜੀ ਆਖੇ ਦੂਜੀ ਬਣ ਜਾਂਦੀ, ਜੇ ਕਬੂਤਰ ਮਾਰ ਕੇ ਪਾਏ ਜਾਣ ਤਾਂ ਫਿਰ ਗਰਮ ਬਣ ਜਾਂਦੀ। ਨਹੀਂ ਜੀ ਕੋਈ ਕਿਸੇ ਤਰ੍ਹਾਂ ਕਰੀ ਜਾਂਦਾ, ਜਿਹੜੇ ਕਰਦੇ ਉਹਦੇ ਗੰਦ ਪਹਿਲੇ ਰਲਾਈ ਰਲੂਈ ਫਿਰਦੇ ਆ। ਇਸ ਪਿੰਡ 'ਚੋਂ ਭਾਰੀ ਮਾਤਰਾ 'ਚ ਕੱਚੀ ਸ਼ਰਾਬ ਦੀ ਲਾਹਣ ਬਰਾਮਦ ਕਰਨ ਤੋਂ ਬਾਅਦ ਇੱਥੇ ਰੇਡ ਕਰਨ ਆਈ ਪੁਲਿਸ ਪਾਰਟੀ ਆਪਣੀ ਕਾਮਯਾਬੀ 'ਤੇ ਬੇਹੱਦ ਖੁਸ਼ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਸ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ। ਨਸ਼ਾ ਵਿਰੋਧ ਜਿਹੜੀ ਮੁਹਿੰਮ ਵਿੱਢੀ ਉਹਦੇ ਤਹਿਤ ਅਸੀਂ ਪਿੰਡ ਸ਼ਕਰੀ ਪੁੱਜੇ ਹਾਂ। DSP ਕਵਲਪ੍ਰੀਤ ਸਿੰਘ, ਹਲਕਾ ਸਬ ਜੀ ਨੂੰ ਪੱਟੀ, ਉਹਨਾਂ ਦੇ ਹਦਾਇਤ ਅਨੁਸਾਰ ਵੀ ਇੱਥੇ ਪੁੱਜੇ ਹਾਂ ਜੀ। ਇੱਥੇ ਪੁੱਜ ਕੇ ਸ਼ਕਰੀ ਪਿੰਡ 'ਚ ਰੇਡ ਕੀਤਾ, ਸਾਨੂੰ ਇੱਥੇ ਗੈਰ ਕਾਨੂੰਨੀ ਤੌਰ 'ਤੇ ਬਹੁਤ ਜ਼ਿਆਦਾ ਸ਼ਰਾਬ ਦੀ ਲਾਹਣ ਮਿਲੀ ਆ, ਲਾਹਣ ਮਿਲੀ ਆ, ਕੁਛ ਭੱਠੀਆਂ ਮਿਲੀਆਂ ਅਤੇ ਕੁਛ ਲਾਹਣ ਦੇ ਡਰੰਮ ਹਾਈ ਲੈਵਲ 'ਤੇ ਬਰਾਮਦਗੀ ਹੋਈ ਇਹਨਾਂ ਦੀ, ਜਿਨ੍ਹਾਂ ਦੇ ਖਿਲਾਫ਼ ਇਹ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਅੱਜ ਵੀ ਬਰਾਮਦਗੀ ਹੋਈ ਹੈ, ਉਸ ਦਿਨ ਵੀ ਬਰਾਮਦਗੀ, ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਸੀ। ਇਹਨਾਂ ਦੇ ਖਿਲਾਫ਼ ਇਹ ਕਾਨੂੰਨੀ ਕਾਰਵਾਈ ਕਰਾਂਗੇ, ਜਿਨ੍ਹਾਂ ਦਾ ਸਨਮਾਨ ਮਿਲਿਆ ਉਹਨਾਂ ਖਿਲਾਫ਼ ਕਰਾਂਗੇ ਕਾਨੂੰਨੀ ਕਾਰਵਾਈ। ਇਹ ਲਗਾਤਾਰ ਜਾਰੀ ਰਹੂਗੀ ਮੁਹਿੰਮ, ਇਹਨਾਂ ਪਿੰਡ ਨੂੰ ਅਸੀਂ ਨਸ਼ਾ ਮੁਕਤ ਕਰਕੇ ਹਟਾਂਗੇ। ਇਹ ਤਾਂ ਉਹ ਪਿੰਡ ਹੈ ਜਿੱਥੇ ਪੁਲਿਸ ਨੂੰ ਸਿਰਫ਼ ਇੱਕ ਰੇਡ ਦੌਰਾਨ ਇੰਨੀ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ। ਸੋਚੋ ਅਜਿਹੇ ਹੋਰ ਕਿੰਨੇ ਪਿੰਡ, ਗਲੀਆਂ, ਕੂਚੇ ਅਤੇ ਘਰਾਂ ਅੰਦਰ ਅਜਿਹੇ ਨਾਜਾਇਜ਼ ਧੰਦੇ ਚੱਲ ਰਹੇ ਨੇ ਜਿੱਥੇ ਹਰ ਰੋਜ਼ ਜ਼ਹਿਰ ਬਣਾ ਕੇ ਪੰਜਾਬੀਆਂ ਦੀਆਂ ਰਗਾਂ 'ਚ ਭਰਿਆ ਜਾ ਰਿਹਾ ਹੈ। ਪੁਲਿਸ ਨੇ ਇਹ ਰੇਡ ਮਾਰ ਕੇ ਬਹੁਤ ਹੱਦ ਤੱਕ ਸ਼ਰਾਬ ਦੇ ਵੱਡੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾ ਦਿੱਤਾ ਹੈ, ਪਰ ਅਸਲ ਰੇਡ ਉਹਨਾਂ ਚਿੱਟੇ ਦੇ ਵਪਾਰੀਆਂ 'ਤੇ ਕਰਨ ਦੀ ਲੋੜ ਹੈ ਜਿਹੜੇ ਨਿੱਤ ਦਿਹਾੜੇ ਮਾਵਾਂ ਦੀਆਂ ਕੁੱਖਾਂ ਉਜਾੜ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਤਰਨ ਤਾਰਨ ਤੋਂ ਸਚਿਨ ਦੀ ਰਿਪੋਰਟ।